ਕਿਸਾਨ ਵੀਰੋ, ਅਸੀਂ ਸਾਰੇ ਜਾਣੇ ਕਣਕ ਦੇ ਉੱਪਰ ਬੜੇ ਜ਼ੋਰ ਸ਼ੋਰ ਦੇ ਨਾਲ ਸਪਰੇਅ ਕਰਨ 'ਤੇ ਲੱਗੇ ਹੋਏ ਹਾਂ। ਕੋਈ ਡਾਈ ਕਰੀ ਜਾਂਦਾ ਹੈ, ਕੋਈ ਜਿੰਕ ਪਾਈ ਜਾਂਦਾ ਹੈ, ਕੋਈ ਮੈਗਨੀਜ਼ ਪਾਈ ਜਾਂਦਾ, ਕੋਈ ਸਲਫਰ ਪਾਈ ਜਾਂਦਾ। ਹਰ ਇੱਕ ਦੇ ਦਿਮਾਗ ਦੇ ਵਿੱਚ ਇਹੀ ਹੁੰਦਾ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਮਿਲਾ ਕੇ ਕਣਕ 'ਤੇ ਸਪਰੇਅ ਕਰਦੇ ਹਾਂ, ਪਤਾ ਨਹੀਂ ਕਣਕ ਕਿੰਨੀ ਕੁ ਚੰਗੀ ਹੋ ਜਾਏਗੀ। ਇਸ ਵੀਡੀਓ ਰਾਹੀਂ ਮੈਂ ਗੱਲ ਕਰਨੀ ਚਾਹੁੰਦਾ ਕਿ ਅਸੀਂ ਕਿਹੜੀਆਂ ਚੀਜ਼ਾਂ ਮਿਲਾਈਏ ਅਤੇ ਕਿਹੜੀਆਂ ਚੀਜ਼ਾਂ ਨਾ ਮਿਲਾਈਏ, ਕੀ ਕੁਛ ਚੀਜ਼ਾਂ ਮਿਲਾਉਣ ਦੇ ਨਾਲ ਦਵਾਈ ਜਿਹੜੀ ਹੈਗੀ ਅਸਰ ਨਹੀਂ ਕਰਦੀ, ਦਵਾਈ ਬੇਅਸਰ ਹੋ ਜਾਂਦੀ ਹੈ, ਅਤੇ ਕਿਹੜੀਆਂ ਚੀਜ਼ਾਂ ਮਿਲ ਜਾਂਦੀਆਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੁਛ ਉਦਾਹਰਣਾਂ ਦਿੰਦਾ। ਬਾਜ਼ਾਰ ਦੇ ਵਿੱਚ ਕੈਲਸ਼ੀਅਮ ਨਾਈਟ੍ਰੇਟ ਆ ਰਿਹਾ, ਕਿਸਾਨ ਵੀਰ ਕੈਲਸ਼ੀਅਮ ਨਾਈਟ੍ਰੇਟ ਦੇ ਨਾਲ ਡਾਈ ਘੋਲ ਕੇ ਪਾ ਰਹੇ ਆ, ਜਿਹਦੇ 'ਚ ਕਿ ਅਮੋਨੀਅਮ ਫੋਸਫੇਟ ਹੁੰਦਾ ਹੈ। ਦੂਜੇ ਸ਼ਬਦਾਂ ਦੇ ਵਿੱਚ ਕੈਲਸ਼ੀਅਮ ਨਾਈਟ੍ਰੇਟ ਨੂੰ ਤੁਸੀਂ NPK ਦੇ ਨਾਲ ਜਾਂ ਡਾਈ ਵਾਲੇ ਕਿਸੇ ਵੀ ਤੱਤ ਦੇ ਨਾਲ ਜਦੋਂ ਮਿਲਾ ਕੇ ਸਪਰੇ ਕਰਦੇ ਹੋ ਤਾਂ ਇਹਨਾਂ ਤੋਂ ਦੋਵਾਂ ਤੋਂ ਮਿਲ ਕੇ ਕੈਲਸ਼ੀਅਮ ਫੋਸਫੇਟ ਬਣਦਾ ਹੈ, ਜਿਹੜਾ ਕਿ ਅਘੁਲਣਸ਼ੀਲ ਹੈ, ਪਾਣੀ 'ਚ ਘੁਲਦਾ ਨਹੀਂ ਗਾ ਅਤੇ ਜਿਹੜਾ ਹੈਗਾ ਥੱਲੇ ਬੈਠ ਜਾਂਦਾ, ਮਤਲਬ ਕਿ ਤੁਹਾਡੀ ਸਪਰੇ ਬੇਕਾਰ ਹੋ ਜਾਂਦੀ ਹੈ। ਕੁਛ ਕਿਸਾਨ ਵੀਰ ਹੈ ਜਿਸ ਤਰ੍ਹਾਂ ਕਿ ਪਿਛਲੀਆਂ ਵੀਡੀਓ ਤੋਂ ਬਾਅਦ 'ਚ ਮੈਗਨੀਸ਼ੀਅਮ ਦੀ ਸਪਰੇ ਦੀ ਗੱਲ ਕਰ ਰਹੇ ਹੈ, ਮੈਗਨੀਸ਼ੀਅਮ ਅਤੇ ਫੋਸਫੋਰਸ ਦੋਵਾਂ ਨੂੰ ਮਿਲਾ ਕੇ ਸਪਰੇ ਕਰਦੇ ਆ, ਜਾਂ NPK ਦੇ ਵਿੱਚ ਮੈਗਨੀਸ਼ੀਅਮ ਪਾਉਂਦੇ ਆ ਜਿਹਦੇ 'ਚ ਫਾਸਫੋਰਸ ਹੁੰਦਾ, ਤਾਂ ਉੱਥੇ ਕੀ ਹੁੰਦਾ ਕਿ ਮੈਗਨੀਸ਼ੀਅਮ ਫੋਸਫੇਟ ਬਣ ਜਾਂਦਾ, ਮੈਗਨੀਸ਼ੀਅਮ ਅਤੇ ਫਾਸਫੋਰਸ ਕਿਰਿਆ ਕਰ ਲੈਂਦਾ, ਜਿਹੜਾ ਕਿ ਤੁਹਾਡੇ ਲਈ ਫਿਰ ਵੀ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ, ਸਪਰੇ ਦੇ ਪੈਸੇ ਕੀਤੇ ਹੋਏ ਵੀ ਖਰਾਬ ਗਏ। ਕੈਲਸ਼ੀਅਮ ਨਾਈਟ੍ਰੇਟ ਅਤੇ ਮੈਗਨੀਸ਼ੀਅਮ ਸਲਫੇਟ ਇਹਨਾਂ ਦੋਵਾਂ ਨੂੰ ਵੀ ਅਸੀਂ ਰਲਾ ਨਹੀਂ ਸਕਦੇ, ਤਾਂ ਜੇਕਰ ਇਹਨਾਂ ਨੂੰ ਮਿਲਾਵਾਂਗੇ ਤਾਂ ਕੈਲਸ਼ੀਅਮ ਸਲਫੇਟ ਬਣ ਜਾਏਗਾ, ਜਿਹੜਾ ਕਿ ਫਿਰ ਪਾਣੀ ਦੇ ਵਿੱਚ ਬਹੁਤ ਘੱਟ ਘੁਲਣਸ਼ੀਲ ਹੁੰਦਾ ਹੈ। ਮੈਂ ਪਿਛਲੇ ਸਾਲ ਇੱਕ ਵੀਡੀਓ ਪਾਈ ਸੀਗੀ ਕਿ ਹੁਣ ਝਾੜ ਕਿਵੇਂ ਵਧਾ ਸਕਦੇ ਹਾਂ, ਮੈਂ ਉਹਦੇ 'ਚ ਇੱਕ ਸ਼ਬਦ ਮਿਸ ਕਰ ਗਿਆ ਸੀਗਾ ਕਿ ਬਰੌਨ ਅਤੇ ਮੈਗਨੀਜ਼ ਰਿਲੇਟਡ ਵਰਤਣੇ ਹੈ। ਇੱਕ ਸ਼ਬਦ ਨੇ ਮੇਰੀ ਉਹ ਸਾਰੀ ਵੀਡੀਓ ਦੀ ਕਹਿ ਦਿਓ ਕਿ ਜਖਣਾ ਵੜਤੀ, ਸਾਰੀ ਵੀਡੀਓ ਗਲਤ ਕਰਤੀ, ਕਿ ਉਹਦੇ ਨਾਲ ਕੀ ਸੀਗਾ ਕਿ ਲੋਕਾਂ ਨੇ ਫਾਸਫੋਰਸ ਅਤੇ ਮੈਗਨੀਜ਼ ਮਿਲਾ ਕੇ ਸਪਰੇਅ ਕਰਨਾ ਸ਼ੁਰੂ ਕੀਤਾ ਅਤੇ ਉਹ ਪੱਟਣੀ ਸ਼ੁਰੂ ਹੋ ਗਈ, ਤਾਂ ਇੱਕ ਸ਼ਬਦ ਕਿ ਜਿੱਥੇ ਚਲੇਟਡ ਕਹਿਣਾ ਸੀ ਉਹ ਚਲੇਟਡ ਨਹੀਂ ਕਿਹਾ ਗਿਆ। ਅਤੇ ਇਸ ਲਈ ਜੇ ਕੋਈ ਮੇਰੀ ਉਹ ਪੁਰਾਣੀ ਵੀਡੀਓ ਦੇਖ ਰਿਹਾ ਤਾਂ ਉਹਦੇ ਵਿੱਚ ਇਹ ਐਡ ਕਰ ਲਿਓ ਕਿ ਚਲੇਟਡ ਮੈਗਨੀਜ਼ ਅਤੇ ਚਲੇਟਡ ਬੋਰਨ ਵਰਤਣਾ। ਉੱਥੇ ਕਿਸਾਨ ਵੀਰ, ਬਹੁਤੇ ਕਿਸਾਨ ਵੀਰ ਮੈਗਨੀਜ਼ ਦੇ ਨਾਲ NPK 19-19, 18-18 ਜਾਂ ਡਾਈ ਘੋਲ ਕੇ ਸਪਰੇਅ ਕਰਦੇ ਆ। ਜੇ ਮੈਗਨੀਜ਼ ਦੇ ਨਾਲ ਤੁਸੀਂ ਡਾਈ ਘੋਲ ਕੇ ਸਪਰੇਅ ਕਰੋਗੇ ਤਾਂ ਉਹ ਮੈਗਨੀਜ਼ ਫਾਸਫੇਟ ਬਣ ਜਾਂਦਾ ਹੈ, ਜਿਹੜਾ ਕਿ ਪਾਣੀ 'ਚ ਘੁਲਣਸ਼ੀਲ ਨਹੀਂ ਹੈਗਾ, ਮਤਲਬ ਕਿ ਉਹ ਪਾਟ ਜਾਂਦੀ ਹੈ, ਇਹਦਾ ਵੀ ਕੋਈ ਫਾਇਦਾ ਨਹੀਂ ਹੈਗਾ। ਜਿਹੜੇ ਤੁਹਾਡੇ ਕੋਲ ਕੁਛ ਕਟਾਈਨ ਹੈ, ਜਿਵੇਂ ਕਿ ਤੁਹਾਡੇ ਕੋਲ ਬੋਰੋਨ ਹੈ, ਜਿੰਕ ਹੈ, ਕਾਪਰ ਹੈ, ਲੋਹਾ ਹੈ, ਇਹਨਾਂ ਨੂੰ ਤੁਸੀਂ ਕਦੇ ਵੀ ਫਾਸਫੋਰਸ ਵਾਲੇ ਖਾਦਾਂ ਦੇ ਨਾਲ ਨਹੀਂ ਰਲਾ ਸਕਦੇ, ਜਿਹੜੇ ਖਾਦਾਂ ਦੇ ਵਿੱਚ ਫਾਸਫੋਰਸ ਹੁੰਦਾ ਹੈ। ਜੇ ਰਲਾਉਣਾ ਹੈ ਤਾਂ ਫਿਰ ਬੋਰਨ, ਜਿੰਕ, ਕਾਪਰ, ਆਇਰਨ, ਚਲੇਟਡ ਲੈ ਕੇ ਰਲਾਓ। ਜੇ ਚਲੇਟਡ ਨਾਲ ਰਲਾਓਗੇ ਤਾਂ ਰਲ ਜਾਏਗਾ, ਦੂਸਰੇ ਨਹੀਂ ਰਲਣਗੇ। ਦੇਖੋ ਲਿਸਟ ਬਹੁਤ ਵੱਡੀ ਹੈ, ਜੇਕਰ ਮੈਂ ਤੁਹਾਨੂੰ ਇੱਕ ਇੱਕ ਗਰਾਉਣਾ ਸ਼ੁਰੂ ਕਰਾਂ ਤਾਂ ਹੋ ਸਕਦਾ ਕਿ ਕਈ ਦਿਨ ਲੱਗ ਜਾਣਗੇ, ਅਤੇ ਇੰਨਾ ਡਾਟਾ ਇਕੱਠਾ ਕਰਨਾ ਮੇਰੇ ਲਈ ਵੀ ਔਖਾ ਹੈ ਅਤੇ ਤੁਹਾਡੇ ਲਈ ਯਾਦ ਰੱਖਣਾ ਵੀ ਔਖਾ ਹੈ। ਇਸ ਕਰਕੇ ਆਪਾਂ ਕੀ ਕਰੀਏ ਕਿ ਆਪਾਂ ਇੱਕ ਜਾਰ ਟੈਸਟ ਕਰੀਏ। ਜਾਰ ਟੈਸਟ ਮਤਲਬ ਕਿ ਇੱਕ ਤੁਸੀਂ ਜਿਹੜਾ ਹੈਗਾ ਕੱਚ ਦਾ ਗਲਾਸ ਲਵੋ, ਜਿਹੜੀਆਂ ਜਿਹੜੀਆਂ ਸਪਰੇਆਂ ਤੁਸੀਂ ਰਲਾਉਣੀਆਂ ਚਾਹੁੰਦੇ ਹੋ ਉਹ ਬਹੁਤ ਥੋੜ੍ਹੀ ਮਾਤਰਾ ਦੇ ਵਿੱਚ ਦੋਵੇਂ ਖਾਦਾਂ ਜਿਹੜੀਆਂ ਹੈਗੀਆਂ ਉਸ ਗਲਾਸ ਪਾਣੀ ਦਾ ਗਲਾਸ ਭਰ ਕੇ ਉਹਦੇ 'ਚ ਘੋਲ ਲਓ। ਜੇ ਤਾਂ ਪਾਣੀ ਦਾ ਜਿਹੜਾ ਰੰਗ ਹੈਗਾ ਉਹ ਤੁਹਾਨੂੰ ਦੁਧੀਆ ਜਿਹਾ ਹੋ ਗਿਆ ਅਤੇ ਪਾਣੀ ਦੇ ਹੇਠਲੇ ਪਾਸੇ ਕੁਝ ਪਾਟ ਬੈਠਦਾ ਨਜ਼ਰ ਆਉਂਦਾ ਹੈ ਤਾਂ ਇਹਦਾ ਮਤਲਬ ਕਿ ਘੋਲ ਨਹੀਂ ਬਣਾਉਣਾ। ਜੇ ਉਹ ਚੀਜ਼ਾਂ ਆਪ 'ਚ ਰਲੇ ਤੋਂ ਪਾਟ ਜਾਂਦੀਆਂ ਤਾਂ ਇਹਦਾ ਮਤਲਬ ਕਿ ਇਹਦਾ ਘੋਲ ਨਹੀਂ ਬਣਾਉਣਾ, ਤਾਂ ਤੁਹਾਨੂੰ ਇੱਥੋਂ ਨਿਸ਼ਚਿਤ ਹੋ ਜਾਏਗਾ ਕਿ ਅਸੀਂ ਕਿਹੜੀ ਦਵਾਈ ਰਲਾਉਣੀ ਹੈ, ਕਿਹੜੀ ਦਵਾਈ ਨਹੀਂ ਰਲਾਉਣੀ। ਕਿਸਾਨ ਵੀਰੋ, ਇੱਕ ਚੀਜ਼ ਹੋਰ ਹੁੰਦੀ ਹੈ ਕਿ ਬਹੁਤੀਆਂ ਚੀਜ਼ਾਂ ਆਪਸ ਦੇ ਵਿੱਚ ਰਲ ਜਾਂਦੀਆਂ, ਮੈਗਨੀਜ਼ ਅਤੇ ਯੂਰੀਆ ਰਲ ਜਾਂਦੀ ਹੈ, ਪਰੰਤੂ ਬਹੁਤੀਆਂ ਦਵਾਈਆਂ ਦੇ ਟੈਂਕ ਮੈਕਸ ਰਲ ਜਾਂਦੇ। ਟੈਂਕ ਮੈਕਸ ਮਤਲਬ ਕਿ ਜਿਹੜੀ ਟੈਂਕੀ ਦੇ ਵਿੱਚ ਪਾ ਕੇ ਸਪਰੇਅ ਕਰਨੀ ਹੈ ਤੁਸੀਂ ਉੱਥੇ ਉਹਨੂੰ ਰਲਾ ਸਕਦੇ ਹੋ, ਪਰੰਤੂ ਜਦੋਂ ਤੁਸੀਂ ਕੀ ਕਰਦੇ ਹੋ ਕਿ ਸਪਰੇਆਂ 'ਤੇ ਪੈਸਾ ਖਰਚ ਕਰ ਦਿੰਦੇ ਹੋ ਲੇਕਿਨ ਸਪਰੇਆਂ ਦਾ ਘੋਲ ਬਣਾਉਣ ਵਾਲੀਆਂ ਬਾਲਟੀਆਂ 'ਤੇ ਪੈਸਾ ਨਹੀਂ ਖਰਚ ਕਰਦੇ,
खेत दे विच इक्को भांडे दे विच असीं दो तीन दवाइयां घोल लैंदे हां ते भावें उह दवाइयां इक दूजे दे नाल स्प्रे हो सकदियां हुंदियां परंतु जदों इकट्ठे इक ड्रम दे विच घोलदे हां उहदा घोल तैयार करदे हां तां उहदी सारी जखना वड्ढी जांदी है। इस करके एक नियम बना लो कि जे 10 दवाइयां वरत रहे हो तो 10 दियां 10 बाल्टियां दे विच अड अड घोल बनने हैं। पहली गल तां असीं 10 कदे वरतनियां ही नहीं इकट्ठियां, जे दो तीन दवाइया जां दो तीन खादा रला रहे हो तो अड अड बाल्टी च घोल बनाओ, उस तो बाद दे विच उहनूं टेंकी दे विच इकट्ठे पा देवो तां उहदे नाल कम चल सकदा। एक चीज़ होर हैगी है कि फास्फोरस जिहड़ी तुसीं डाई दा स्प्रे करदे पए हो ना, मैं उहदे हक दे विच नहीं हैगा। ठीक है, कुछ जगह रिसर्च चल रही है कि DAP दा स्प्रे हो सकदा है। DAP हवा तक ना रिएक्ट कर जाती है, एक च क्लोरीन हुंदी है, क्लोराइड हुंदा है। क्लोराइड जे आलू ते स्प्रे कर दोगे घोल के तो आलू के पत्ते सड़ जाएंगे, जां आलू तो बहुत ही सेंसिटिव हुंदा क्लोराइड नूं, कणक के उपर भी नहीं कर सकते। इस करके डाई वाले फार्मूला मैनू तो कोई जचता नहीं है। दोस्तों एक चीज़ होर हुंदी है कि असी दवाइयां घोल लियां, दवाइयां पाटियां भी नहीं। ठीक है, दवाइयां पाटियां भी नहीं ते परंतु जिहड़ा हैगा वह असर करनगियां कि नहीं करनगियां, इस नूं देखण वास्ते एक होर छोटा जिहा तरीका हैगा कि बाजार दे विच्चों लिटमस पेपर लेके आओ। लिटमस पेपर तुसीं 10 रुपये का ले आओ, किताबों वाली दुकान तो मिल जाता है। जिहड़ा तुहाडा टेंकी दे विच जिहड़ी दवाई पाती तुसीं तो टेंकी दे विच लिटमस पेपर पा के देखो, जे लिटमस पेपर जिहड़ा अपना नीला लिटमस पेपर लाल हो जाए तो तुहाडा पानी तेजाबी है। जेकर वह तुहाडा लाल लिटमस पेपर नीला हो जाए तो तुहाडा पानी खारे पानी च है, तो जेकर लिटमस पेपर तुहाडा पर्पल का पर्पल ही रहे तो इहदा मतलब कि पानी का PH नॉर्मल है, उदासीन है। कदे भी तेजाबी PH वाला जिहड़ा स्प्रे हैगा फसलों के उत्ते नहीं करना। थोड़ा एल्केलाइन हो सकता है तो न्यूट्रल का स्प्रे तो कर ही सकते हैं, जिहड़ा PG दे विच लिटमस पेपर रंग नहीं बदलता उहदा स्प्रे तो तुसीं कर ही सकते हो, परंतु जे लिटमस पेपर का रंग लाल हुंदा है तां तुसीं उह स्प्रे नहीं करना। जे लिटमस पेपर का रंग थोड़ा जिहा नीला हुंदा तां तुसीं उह स्प्रे कर सकते हो, उहदे नाल तुहाडी फसल नूं नुकसान नहीं होएगा। हुण जेकर तुसीं यूरिया का स्प्रे कर रहे हो जां यूरिया खेत दे विच पा रहे हो तां कदे भी उहनूं कैल्शियम अमोनियम नाइट्रेट कैल्शियम क्लोराइड सिंगल सुपर फॉस्फेट के नाल मिक्स नहीं करना, बाकी सारिया चीज़ों यूरिया मिक्स हो जाती है। DAP नूं भी कदे सुपर जां तुहाडा जिहड़ा हैगा जिप्सम जां कैल्शियम अमोनियम नाइट्रेट के नाल मिक्स नहीं करना। पोटाश लगभग सारिया के नाल मिक्स हो जाती है परंतु उन्हें कैल्शियम अमोनियम नाइट्रेट के नाल मिक्स नहीं करीदा। ये क्यों नहीं मिक्स करीदे, कोई इन्हों का बहुता ज़्यादा फर्क नहीं पैंदा, लेकिन इन्ना है कि ये एक तो चिपचिपे हो जाते हैं, पानी छड़ जाते हैं, जिदे करके इन्हों की जी रिएक्शन होने बाद इन्होंने विचले पोषक तत्व चंगे तरीके फसल में मिल नहीं सकते। इस तो बिना कोई भी फॉस्फेट हो ते कोई भी जड़ा हैगा मैगनीशियम होवे इन्हों कदे भी नहीं मिला। हाँ, जे चलेटड हैगा तो मिला सकते हो, कैल्शियम ते फॉस्फेट नूं कदे नहीं मिलाउणा, जां कैल्शियम फॉस्फेट ते सल्फेट इन्हां नूं मिक्स नहीं करना। जे चलेटड हैगे तां कर सकदे हां। कदे भी एक तेजाबी मादे वाली चीज़ हैगी है ते एक तुहाडी खारे मादे वाली है, जिन्हां दा कि मादे 'च बहुत ज़्यादा फर्क है, उन्हां नूं एक दूजे दे नाल नहीं रलाउणा। एक ऑर्थोफॉस्फोरिक एसिड दा असीं स्प्रे करदे हां ਤਾਂ ਔਰਥੋਸ ਫੋਸਫੋਰਿਕ ਐਸਿਡ ਜਿਹੜਾ ਹੈਗਾ ਉਹ ਚਲੇਟਡਸ ਦੇ ਨਾਲ ਨਹੀਂ ਮਿਲਾਉਣਾ ਕਦੇ ਵੀ, ਸੋਰੀ ਨੋਨ ਚਲੇਟਡ ਦੇ ਨਾਲ ਕਦੇ ਨਹੀਂ ਮਿਲਾਉਣਾ, ਉਹਨੂੰ ਚਲੇਟਡ ਦੇ ਨਾਲ ਹੀ ਮਿਲਾ ਸਕਦੇ ਹਾਂ। ਜਿਵੇਂ ਤੁਹਾਡੇ ਕੋਲ ਹੁਣ ਮੈਗਨੀਸ਼ੀਅਮ ਸਲਫੇਟ ਦਾ ਤੁਸੀਂ ਸਪਰੇਅ ਕਰ ਰਹੇ ਹੋ, ਮੈਗਨੀਸ਼ੀਅਮ ਸਲਫੇਟ ਦੇ ਵਿੱਚ ਯੂਰੀਆ ਪਾ ਸਕਦੇ ਹੋ, ਅਮੋਨੀਅਮ ਨਾਈਟ੍ਰੇਟ ਪਾ ਸਕਦੇ ਹੋ, ਅਮੋਨੀਅਮ ਸਲਫੇਟ ਪਾ ਸਕਦੇ ਹੋ, ਪਰੰਤੂ ਮੋਨੋਅਮੋਨੀਅਮ ਫਾਸਫੇਟ 0.54 ਵਗੈਰਾ ਦੇ ਨਾਲ ਨਹੀਂ ਮਿਲਾ ਸਕਦੇ। ਅਤੇ ਕਿਸਾਨ ਵੀਰੋ, ਇਹ ਕੁਛ ਚੀਜ਼ਾਂ ਸੀ ਜਿਹੜੀਆਂ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਹੜੀਆਂ ਚੀਜ਼ਾਂ ਕਿਹਦੇ ਨਾਲ ਨਹੀਂ ਮਿਲਾ ਸਕਦੇ। ਤਾਂ ਇਸ ਵੀਡੀਓ ਨੂੰ ਤੁਸੀਂ ਜੇ ਦੁਬਾਰਾ ਤੋਂ ਦੇਖੋਗੇ ਤਾਂ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਲੱਗ ਜਾਏਗੀ ਕਿ ਕਿਹੜੀ ਚੀਜ਼ ਮੈਂ ਕਿੱਥੇ ਮਿਕਸ ਕਰਨ ਨੂੰ ਕਿਹਾ। ਅਤੇ ਹੁਣ ਆ ਕਈ ਵੀਰ ਐਵੇਂ ਜਿੰਕ ਚੱਕ ਕੇ ਪਾਈ ਜਾਂਦੇ ਆ, ਯਾਰ ਐਵੇਂ ਜ਼ਿਆਦਾ ਚੀਜ਼ਾਂ ਮਿਕਸ ਨਾ ਕਰੋ,
ਜਦੋਂ ਤੁਸੀਂ ਜ਼ਿਆਦਾ ਚੀਜ਼ਾਂ ਮਿਕਸ ਕਰਦੇ ਹੋ ਤਾਂ ਤੁਹਾਡਾ ਜੋ ਸਲੂਸ਼ਨ ਹੈਗਾ ਹੈ ਉਹ ਗੜਬੜ ਹੋ ਜਾਂਦਾ, ਉਹ 'ਚ ਕੰਸਟਰੇਸ਼ਨ ਜ਼ਿਆਦਾ ਹੋ ਜਾਂਦੀ, ਜਿਹਦੇ ਕਰਕੇ ਬੂਟਾ ਖਾ ਨਹੀਂ ਪਾਉਂਦਾ। ਤਾਂ ਇੱਕ ਦੋ ਚੀਜ਼ਾਂ ਜਿਹੜੀ ਆਪਾਂ ਗੱਲ ਕਰਦੇ ਪਏ ਹਾਂ ਪਹਿਲੀਆਂ ਵੀਡੀਓ ਦੱਸੀਆਂ ਉਹ ਹੀ ਮਿਲਾਓ। ਐਵੇਂ ਬਹੁਤੇ ਘੋਲ ਨਾ ਮਿਲਾ ਮਿਲਾ ਕੇ ਤਿਆਰ ਕਰੀ ਜਾਓਗੇ, ਆਹ ਵੀ ਪਾ ਦਿਆਂ, ਆਹ ਵੀ ਪਾ ਦਿਆਂ, ਆਹ ਵੀ ਪਾ ਦਿਆਂ। ਜਦੋਂ ਤੁਸੀਂ ਜ਼ਿਆਦਾ ਮਸਾਲੇ ਵੀ ਸਬਜ਼ੀ 'ਚ ਪਾ ਦਿੰਦੇ ਤਾਂ ਉਹ ਵੀ ਖਰਾਬ ਹੋ ਜਾਂਦੀ ਹੈ। ਪਲਾਂਟ ਨੇ ਵੀ ਚੀਜ਼ਾਂ ਖਾਣੀਆਂ ਹੈ, ਅਤੇ ਜਦੋਂ ਪਲਾਂਟ ਨੂੰ ਤੁਸੀਂ ਇਹੋ ਜਿਹੀਆਂ ਚੀਜ਼ਾਂ ਪਾਓਗੇ ਤਾਂ ਫਾਇਦਾ ਨਹੀਂ ਹੋਏਗਾ। ਦੋਸਤੋ, ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਤਾਂ ਕਿ ਸਾਰੇ ਕਿਸਾਨਾਂ ਤੱਕ ਇਹ ਪਹੁੰਚ ਸਕੇ ਅਤੇ ਕਿਸਾਨ ਇਹਦਾ ਫਾਇਦਾ ਚੁੱਕ ਸਕਣ। ਜਿਨ੍ਹਾਂ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕੋਨ ਨੱਪ ਲੈਣ। ਅਤੇ ਇੱਕ ਚੀਜ਼ ਲਾਸਟ 'ਤੇ ਹੋਰ ਕਹਿਣਾ ਚਾਹੁੰਦਾ ਕਿ ਨਦੀਨ ਨਾਸ਼ਕ ਦੇ ਨਾਲ ਭਾਰ ਸਪਰੇਆਂ ਕਦੇ ਨਹੀਂ ਪੈਣੀਆਂ, ਇਹ ਮੋਟੇ ਅੱਖਰਾਂ ਦੇ ਵਿੱਚ ਲਿਖ ਕੇ ਰੱਖ ਲਓ। ਅਗਲੇ ਸਾਲਾਂ ਤੱਕ ਕੋਈ ਨਵੀਂ ਰਿਸਰਚ ਹੋਗੀ ਤਾਂ ਪਾ ਲਿਆ ਕਰਾਂਗੇ, ਪਰੰਤੂ ਅੱਜ ਨਹੀਂ ਪਾਉਣੀਆਂ। ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ।